ਸਰਦੀਆਂ ਲਈ ਹੈ, ਇੱਥੇ ਗੱਡੀਆਂ ਦੇ ਵਿੱਚ ਬੈਠੇ ਬੈਠੇ ਤੁਸੀਂ ਵੈਕਸੀਨ ਲਵਾ ਸਕਦੇ ਹੋ। ਹੇ ਗਾਇਸ, ਮੈਂ ਲਵਾਉਣ ਆਇਆ ਸੀ ਆਪਦੀ ਵੈਕਸੀਨ ਦੀ ਸੈਕਿੰਡ ਡੋਜ਼, ਐਂਡ ਦੇਖੋ ਯਾਰ ਕੀ ਵੇਅਰ ਹਾਊਸ ਜਾਇਆ, ਮਸਾ ਲੱਭਿਆ ਮੈਨੂੰ, ਉਧਰ 20 ਮਿੰਟ ਲੱਗ ਗਏ ਵੈਕਸੀਨ ਲਾਉਣ ਲਈ। ਅਸਲ 'ਚ ਕੀ ਹੈ, ਗੱਡੀਆਂ ਲਈ ਹੈ, ਇੱਥੇ ਗੱਡੀਆਂ ਦੇ ਵਿੱਚ ਬੈਠੇ ਬੈਠੇ ਤੁਸੀਂ ਵੈਕਸੀਨ ਲਵਾ, ਤੁਸੀਂ ਗੱਡੀ 'ਚ ਬੈਠੇ ਹੋ, ਗੱਡੀ ਖੋਲ੍ਹੋ। ਨਕ ਨਕ, ਹੂ ਇਜ਼ ਦੇਅਰ? ਸਰਪ੍ਰਾਈਜ਼ ਸਰਪ੍ਰਾਈਜ਼ ਹੂ? ਦੇ ਵਿੱਚ ਵੈਕਸੀਨ ਲਾਓ ਅਤੇ ਭੱਜੋ। ਪਤਾ ਨਹੀਂ ਇਹਨਾਂ ਦਾ ਗੱਡੀ ਦੇ ਵਿੱਚ, ਮਤਲਬ ਤੁਹਾਡੀ ਵੈਕਸੀਨ ਲੱਗ ਜਾਂਦੀ ਗੱਡੀ ਵਿੱਚ, ਤੁਹਾਡਾ ਕੋਵਿਡ ਟੈਸਟ ਹੋ ਜਾਂਦਾ, ਕੀ ਹਿਸਾਬ ਆ ਮੈਨੂੰ ਕੁਛ ਨਹੀਂ ਪਤਾ। ਦੇਖੋ ਇੱਦਾਂ ਦੇ ਕਰਕੇ ਵੇਅਰ ਹਾਊਸ ਜਿਹਾ ਹੈਗਾ, ਹਾਂ ਸਾਰੀਆਂ ਗੱਡੀਆਂ ਗੁੱਡੀਆਂ ਖੜ੍ਹੀਆਂ, ਇਹਨਾਂ ਦੇ ਵਿੱਚ ਹੀ ਵੈਕਸੀਨ ਵੁਕਸੀਨ ਲਾਉਂਦੇ ਆ ਅਤੇ ਪਿਆ ਦਿੰਦੇ ਆ। ਲੱਗਿਆ ਪਹਿਲਾਂ ਮੈਨੂੰ ਲੱਗਿਆ ਤਾਂ ਮੇਰੀ ਵੈਕਸੀਨ ਹੀ ਨਹੀਂ ਲੱਗਣੀ, ਅਤੇ ਮੈਂ ਡਰ ਗਿਆ, ਮੈਂ ਕਿਹਾ ਇੱਥੇ ਪਹੁੰਚ ਵੀ ਗੱਡੀ ਦੂਰ ਪਹੁੰਚ ਆਇਆ ਮੈਂ ਅਤੇ ਵੈਕਸੀਨ ਵੀ ਨਹੀਂ ਲੱਗਣੀ, ਮੈਂ ਤਾਂ ਡਰ ਗਈ। ਬਟ ਫਾਈਨਲੀ ਵੈਕਸੀਨ ਲੱਗ ਗਈ ਅਤੇ ਹੁਣ ਆਪਾਂ ਹੋ ਗਏ ਹਾਂ ਵੈਕਸੀਨੇਟਡ, 18 ਦੇ ਵੀ ਹੋ ਗਏ ਵੈਕਸੀਨੇਟਡ ਵੀ ਹੋ ਗਏ, ਬਸ 19 ਦੇ ਹੋ ਜਾਈਏ ਛੇਤੀ ਛੇਤੀ, ਫਿਰ ਤਾਂ ਇੱਥੇ ਸਾਰੇ ਫਾਇਦੇ ਮਿਲ ਜਾਣਗੇ। ਬਟ ਇੰਡੀਆ ਦੇ ਹਿਸਾਬ ਨਾਲ ਆਪਾਂ ਅਡਲਟ ਹਾਂ। ਚਲੋ ਤੁਹਾਨੂੰ ਮੈਂ ਦਿਖਾਇਆ, ਥੋੜ੍ਹਾ ਬਹੁਤ ਕਲਿਪਸ ਦਿਖਾ ਤੀਆਂ ਵੈਕਸੀਨੇਸ਼ਨ ਦੀਆਂ, ਹੁਣ ਕਰਦੇ ਕਰਦੇ ਦਿਖਾ ਨਹੀਂ ਸਕਦੇ, ਨਹੀਂ ਤਾਂ ਇੱਥੇ ਤੁਹਾਨੂੰ ਪਤਾ ਵੀ ਉਹ ਜ਼ਿਆਦਾ ਬੋਲਦੇ ਆ ਲੋਕ, ਪਤਾ ਨਹੀਂ ਕੀ ਲੋਕਾਂ ਨੂੰ ਸ਼ੌਂਕ ਹੈ, ਮਤਲਬ ਓਬਵੀਅਸਲੀ ਸਾਰਿਆਂ ਨੂੰ ਸਾਰੀ ਥਾਵਾਂ 'ਤੇ ਥੋੜ੍ਹਾ ਬਹੁਤ ਆਪਾਂ ਨਹੀਂ ਸ਼ੋਅ ਕਰ ਸਕਦੇ। ਚਲੋ ਗਾਇਸ ਮਿਲਦੇ ਹਾਂ। ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਜੀ, ਇਹ ਜਿਹੜੀ ਮੈਂ ਅਪੋਇੰਟਮੈਂਟ ਸੀ ਔਨਲਾਈਨ ਬੁੱਕ ਕੀਤੀ ਸੀ, ਔਨਲਾਈਨ ਤੁਸੀਂ ਫੋਨ ਕਰਕੇ ਉਹਨਾਂ ਤੋਂ ਅਪੋਇੰਟਮੈਂਟ ਬੁੱਕ ਕਰ ਸਕਦੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ। ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਨਹੀਂ ਤਾਂ ਤੁਹਾਨੂੰ ਉੱਥੇ ਆ ਕੇ ਕੁੱਟੂੰਗਾ। ਚਲੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਇਹ ਵੀਡੀਓ ਥੋੜ੍ਹੀ ਛੋਟੀ ਹੈ ਬਟ ਲਾਈਕ ਕਰਨਾ ਨਾ ਭੁੱਲਿਓ ਅਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।